जिहड़ा जानी साहब का बयान आया है भी ये किसानां दा कोई लीडर नहीं है, गल सरकार किहदे नाल करे, असीं पुछना चाहुंदे आ जानी साहब नूं भी 7 मीटिंगां लग गईआं उह बिना लीडर तों लग गईआं। 29 तरीक नूं असीं लिख के चिट्ठी भेजी सी भी साडी 29 नूं मीटिंग करो, उह 30 दी हो गई। 29 नूं चिट्ठी किहने भेजी सी, उह लीडरां तों बिना चली गई। तुहाडी गल दे विच दुख की है, जिहड़ी हुण 8 तरीक दी मीटिंग सद्दी है तोमर साहब ने, ਕੀ ਤੋਮਰ ਸਾਹਿਬ ਜਵਾਬ ਦੇ ਸਕਦੇ ਨੇ ਵੀ ਮੀਟਿੰਗ ਉਹ ਤੁਹਾਡੀ ਇੱਟਾਂ ਨਾਲ ਹੋਊਗੀ? ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਦੂਜੇ ਪਾਸੇ ਉਹਨਾਂ ਵੱਲੋਂ ਭਾਜਪਾ ਲੀਡਰਾਂ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਅਜਿਹੇ ਚ ਕਿਸਾਨੀ ਅੰਦੋਲਨ ਤੇ ਭਾਜਪਾ ਲੀਡਰ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਨੇ। ਹਾਲ ਹੀ ਚ ਭਾਜਪਾ ਲੀਡਰ ਸੁਰਜੀਤ ਜਿਆਣੀ ਨੇ ਬਿਆਨ ਦਿੱਤਾ ਹੈ ਕਿ ਕਿਸਾਨਾਂ ਦਾ ਕੋਈ ਵੀ ਲੀਡਰ ਨਹੀਂ ਹੈ ਜਿਸ ਨਾਲ ਕੇਂਦਰ ਸਰਕਾਰ ਗੱਲਬਾਤ ਕਰ ਸਕੇ, ਜਿਸ ਤੇ ਹੁਣ ਉਗਰਾਹਾਂ ਜਥੇਬੰਦੀ ਦੇ ਆਗੂ ਜੁਗਿੰਦਰ ਸਿੰਘ ਉਗਰਾਹਾਂ ਨੇ ਸੁਰਜੀਤ ਜਿਆਣੀ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਕਿਸਾਨ ਲੀਡਰਾਂ ਦੀ ਕੇਂਦਰ ਨਾਲ ਕਰੀਬ 7 ਵਾਰ ਗੱਲਬਾਤ ਹੋ ਚੁੱਕੀ ਹੈ, ਕੀ ਉਹ ਲੀਡਰ ਨਹੀਂ ਸੀ? ਮੈਂ ਜੁਗਿੰਦਰ ਸਿੰਘ ਉਗਰਾਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾਂ। ਅੱਜ ਜਿਹੜਾ ਜਾਣੀ ਸਾਹਿਬ ਦਾ ਬਿਆਨ ਆਇਆ ਹੈ ਵੀ ਇਹ ਕਿਸਾਨਾਂ ਦਾ ਕੋਈ ਲੀਡਰ ਨਹੀਂ ਹੈ, ਗੱਲ ਸਰਕਾਰ ਕਿਹਦੇ ਨਾਲ ਕਰੇ, ਅਸੀਂ ਪੁੱਛਣਾ ਚਾਹੁੰਦੇ ਹਾਂ ਜਾਣੀ ਸਾਹਿਬ ਨੂੰ ਵੀ 7 ਮੀਟਿੰਗਾਂ ਲੱਗ ਗਈਆਂ ਉਹ ਬਿਨਾਂ ਲੀਡਰ ਤੋਂ ਲੱਗ ਗਈਆਂ। 29 ਤਰੀਕ ਨੂੰ ਅਸੀਂ ਲਿਖ ਕੇ ਚਿੱਠੀ ਭੇਜੀ ਸੀ ਵੀ ਸਾਡੀ 29 ਨੂੰ ਮੀਟਿੰਗ ਕਰੋ, ਉਹ 30 ਦੀ ਹੋ ਗਈ। 29 ਨੂੰ ਚਿੱਠੀ ਕਿਹਨੇ ਭੇਜੀ ਸੀ, ਉਹ ਲੀਡਰਾਂ ਤੋਂ ਬਿਨਾਂ ਚਲੀ ਗਈ। 7 ਮੀਟਿੰਗਾਂ ਦੀ ਬੈਠਕ ਦੇ ਵਿੱਚ ਸਰਕਾਰ ਅਮੈਂਡਮੈਂਟ ਕਰਨ ਵਾਸਤੇ ਤਿਆਰ ਹੋ ਗਈ। ਸਰਕਾਰ ਨੇ ਪ੍ਰਮਾਣ ਕਰ ਲਿਆ ਵੀ ਕਾਨੂੰਨਾਂ ਦੇ ਵਿੱਚ ਫਰਕ ਨੇ, ਕਾਨੂੰਨਾਂ ਦੇ ਵਿੱਚ ਨੁਕਸ ਨੇ, ਅਮੈਂਡਮੈਂਟ ਜਿੰਨੀ ਮਰਜ਼ੀ ਕਰਵਾ ਲਓ ਰੱਦ ਨਹੀਂ ਕਰ ਸਕਦੇ। ਇਹ ਬਿਨਾਂ ਲੀਡਰਾਂ ਤੋਂ ਹੋ ਗਿਆ ਇਹ ਸਾਰਾ ਕੰਮ। ਜਿਹੜਾ ਪਰਾਲੀ ਵਾਲਾ ਮਸਲਾ ਕਿਸਾਨਾਂ ਦਾ ਵਾਪਸ ਲੈਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ, ਅਤੇ ਜਿਹੜਾ ਉਹਨਾਂ ਨੇ ਦੂਜਾ ਜਿਹੜਾ ਬਿਜਲੀ ਬਿੱਲ 2020 ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ, ਇਹ ਫੈਸਲਾ ਬਿਨਾਂ ਲੀਡਰਾਂ ਤੋਂ ਹੋ ਗਿਆ, ਸਰਕਾਰ ਨੇ ਆਪਣੇ ਆਪ ਐਲਾਨ ਕਰਤਾ। ਤੁਹਾਡੀ ਗੱਲ ਦੇ ਵਿੱਚ ਤੁਕ ਕੀ ਹੈ, ਜਿਹੜੀ ਹੁਣ 8 ਤਰੀਕ ਦੀ ਮੀਟਿੰਗ ਸੱਦੀ ਹੈ ਤੋਮਰ ਸਾਹਿਬ ਨੇ, ਕੀ ਤੋਮਰ ਸਾਹਿਬ ਜਵਾਬ ਦੇ ਸਕਦੇ ਨੇ ਵੀ ਮੀਟਿੰਗ ਉਹ ਤੁਹਾਡੀ ਇੱਟਾਂ ਨਾਲ ਹੋਊਗੀ? ਇਹ ਬੰਦਿਆਂ ਨਾਲ ਮੀਟਿੰਗ ਨਹੀਂ ਹੁੰਦੀ, ਇਹ ਆਗੂ ਨੇ ਜਿਹੜੇ ਬੈਠੇ ਹੁੰਦੇ ਨੇ ਉੱਥੇ। ਇਸ ਕਰਕੇ ਬਿਆਨੀ ਸਾਹਿਬ ਦਾ ਜਾਂ ਜਾਣੀ ਸਾਹਿਬ ਦਾ ਬਿਆਨ ਹੈ, ਇਹ ਗੈਰ ਜ਼ਿੰਮੇਵਾਰ ਨਾ ਬਿਆਨ ਹੈ। ਉਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ। ਲੱਖਾਂ ਦੀ ਗਿਣਤੀ 'ਚ ਲੋਕ ਬੈਠੇ ਨੇ, ਇਹ ਲੀਡਰ ਦੀ ਅਗਵਾਈ 'ਚ ਹੀ ਬੈਠੇ ਨੇ, ਇਹ ਮੇਲੇ ਵਾਲੇ ਲੋਕ ਨੇ, ਇਹ ਸਧਾਰਨ ਲੋਕ ਨੇ, ਜਥੇਬੰਦ ਲੋਕ ਨੇ, ਜਾਬਤਾਬੰਦ ਲੋਕ ਨੇ। ਹਿੰਦੁਸਤਾਨ ਦੇ ਵਿੱਚ, ਦੁਨੀਆ ਦੇ ਵਿੱਚ ਆਧਾਰਨ ਹੈ ਵੀ ਐਡਾ ਲੰਮਾ ਸੰਘਰਸ਼ ਐਡੀ ਵੱਡੀ ਗਿਣਤੀ 'ਚ ਸੜਕਾਂ 'ਤੇ ਬੈਠਾ ਹੋਵੇ ਅਤੇ ਜਾਬਤਾ ਰੱਖੀ ਬੈਠਾ ਹੋਵੇ? ਇਹ ਲੀਡਰਾਂ ਦੇ ਕਰਕੇ ਹੀ ਹੈ। ਇਹ ਲੋਕ ਜਥੇਬੰਦ ਨੇ, ਇਹ ਗੈਰ ਜ਼ਿੰਮੇਵਾਰੀ ਨਾਲ ਨਹੀਂ ਬੈਠੇ, ਲੀਡਰਾਂ ਦੀ ਅਗਵਾਈ 'ਚ ਬੈਠੇ ਨੇ। ਇਹ ਗੱਲ ਪੱਕੀ ਹੈ ਵੀ ਲੀਡਰ ਜ਼ਿਆਦਾ ਨੇ, ਜ਼ਿਆਦਾ ਜਥੇਬੰਦੀਆਂ ਨੇ, ਜ਼ਿਆਦਾ ਜਥੇਬੰਦੀਆਂ ਦੇ ਜ਼ਿਆਦਾ ਲੀਡਰ ਹੋਣਗੇ। ਇਸ ਕਰਕੇ ਜਾਣੀ ਸਾਹਿਬ, ਤੁਹਾਡਾ ਇਹ ਬਿਆਨ ਬੇਤੁਕ ਹੈ, ਇਹ ਮੁੜ ਕੇ ਵਿਚਾਰੋ, ਤੁਹਾਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਧੰਨਵਾਦ। ਦੱਸ ਦੇ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜ ਰਹੇ ਨੇ। ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ, ਪਰ ਉੱਥੇ ਹੀ ਭਾਜਪਾ ਲੀਡਰ ਕਿਸਾਨੀ ਅੰਦੋਲਨ ਤੇ ਵਿਵਾਦਿਤ ਬਿਆਨ ਦੇ ਰਹੇ ਨੇ। ਕਦੇ ਉਹਨਾਂ ਵੱਲੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਅੰਦੋਲਨ ਕਿਹਾ ਜਾ ਰਿਹਾ ਹੈ, ਤੇ ਕਦੇ ਕਿਹਾ ਜਾ ਰਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਹੀ ਨਹੀਂ। ਅਜਿਹੇ ਚ ਕਿਸਾਨ ਲੀਡਰ ਵੀ ਭਾਜਪਾ ਆਗੂਆਂ ਨੂੰ ਮੋੜਵਾਂ ਜਵਾਬ ਦੇ ਰਹੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।